ਮੇਰਾ ਨਾਮ ਪੱਲਵਦੀਪ ਸਿੰਘ ਹੈ। ਕਿਹੜੇ ਸਕੂਲ ਚ ਪੜ੍ਹਦੇ? ਸਕੂਲ ਆਫ ਐਮੀਨੈਂਸ ਬਾਗਾ ਪੁਰਾਣਾ ਜੀ। ਅੱਜ ਤੁਸੀਂ ਐਸਐਸਪੀ ਆਫਿਸ ਆਏ ਹੋ, ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਇੱਥੇ? ਸਾਨੂੰ ਜਿੱਦਾਂ ਕਿ ਆਨਲਾਈਨ ਆਪਣੇ ਨਾਲ ਬਹੁਤ ਜ਼ਿਆਦਾ ਠੱਗੀਆਂ ਹੁੰਦੀਆਂ ਜੀ, ਉਹਦੇ ਬਾਰੇ ਸਿੱਖਣ ਨੂੰ ਮਿਲਿਆ, ਹੋਰ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਜੀ। ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ? ਬਹੁਤ ਵਧੀਆ ਲੱਗ ਰਿਹਾ ਜੀ। ਇਸ ਤਰ੍ਹਾਂ ਦੇ ਜਿਹੜੇ ਹੈ ਕਿ ਸੈਮੀਨਾਰ ਵਗੈਰਾ ਹੋਣੇ ਚਾਹੀਦੇ? ਹਾਂਜੀ। ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਬਸ ਵੀ ਆਹ ਸਰ ਨੇ ਸਾਨੂੰ ਇੱਕੋ ਗੱਲ ਸਮਝਾਈ ਸੀਗੀ ਵੀ ਜਿਹੜੇ ਆਹ ਨਵੀਂ ਪਨੀਰੀ ਲੱਗ ਰਹੀ ਆ, ਆਹ ਗਲਤ ਪਾਸੇ ਜਾ ਰਹੇ ਆ ਸਾਰੇ ਵਿਦਿਆਰਥੀ, ਪਹਿਲਾਂ ਤਾਂ ਗਲਤ ਪਾਸੇ ਲੱਗ ਰਹੇ ਆ ਜੀ, ਉਹਨਾਂ ਨੂੰ ਨਹੀਂ ਲੱਗਣ ਦੇਣਾ ਅਤੇ ਸਹੀ ਸਿੱਧੇ ਰਾਹ ਲੈ ਕੇ ਜਾਣਾ। ਜਿਵੇਂ ਸਾਈਬਰ ਕ੍ਰਾਈਮ ਦੀਆਂ ਠੱਗੀਆਂ ਵੱਜ ਰਹੀਆਂ ਹੈਗੀਆਂ, ਤਾਂ ਤੁਹਾਨੂੰ ਕਿਸ ਤਰ੍ਹਾਂ ਸਿੱਖਿਆ ਮਿਲਦੀ ਹੈ? ਬਹੁਤ ਵਧੀਆ ਸਿੱਖਿਆ ਮਿਲਦੀ, ਸਰ ਨੇ ਬਹੁਤ ਵਧੀਆ ਦੱਸਿਆ ਜੀ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਾਰਾ ਕੁਛ। ਜਿਹੜੇ ਮੋਬਾਇਲ ਦੀ ਯੂਜ ਜਿਹੜੀ ਹੈਗੀ ਹੈ, ਕਿੰਨੀ ਕਰਨੀ ਚਾਹੀਦੀ ਬੱਚੇ ਨੂੰ ਮੋਬਾਇਲ ਦੀ? ਬਸ ਜੀ ਜਿੰਨੀ ਕੁ ਵਰਤੋਂ ਹੋ ਘੱਟ ਤੋਂ ਘੱਟ ਹੋ ਜੇ ਉਨੀ ਚੰਗੀ ਹੈ ਜੀ। ਸਰ ਸੋਨਮਪ੍ਰੀਤ ਕੌਰ ਜੀ, ਅੱਜ ਤੁਸੀਂ ਇੱਥੇ ਪਹੁੰਚੇ ਐਸਐਸਪੀ ਆਫਿਸ, ਕੀ ਸਿੱਖਣ ਨੂੰ ਮਿਲਿਆ? ਸਰ ਐਸਐਸਪੀ ਸਾਹਿਬ ਤੋਂ ਸਾਨੂੰ ਮਤਲਬ ਕਿ ਸਾਨੂੰ ਕਿਸੇ ਵੀ ਉਹਨਾਂ ਨੇ ਸਾਨੂੰ ਸਾਈਬਰ ਕ੍ਰਾਈਮ ਬਾਰੇ ਦੱਸਿਆ, ਸਾਨੂੰ ਕਿਸੇ ਵੀ ਨਾ ਅਨਨੋਨ ਨੰਬਰ ਨੂੰ ਅਸੈਪਟ ਨਹੀਂ ਕਰਨਾ ਚਾਹੀਦਾ, ਕੋਈ ਵੀ ਅਨਨੋਨ ਰਿਕੁਐਸਟ ਅਟੈਂਡ ਨਹੀਂ ਕਰਨੀ ਚਾਹੀਦੀ, ਜਾਂ ਹੈ ਨਾ ਕਿਸੇ ਨੂੰ ਓਟੀਪੀ ਸ਼ੇਅਰ ਨਹੀਂ ਕਰਨਾ ਚਾਹੀਦਾ ਆਪਣਾ, ਜਾਂ ਆਪਣੇ ਨਾਲ ਕੋਈ ਠੱਗੀ ਜਾਂ ਪਸ਼ੂ ਹੁੰਦਾ ਹੈ, ਸਾਈਬਰ ਕ੍ਰਾਈਮ ਹੁੰਦਾ, ਆਪਾਂ ਨੂੰ ਹੈ ਨਾ 1930 ਉਹ ਨੰਬਰ ਡਾਇਲ ਕਰਨਾ ਚਾਹੀਦਾ। ਸਰ ਇਸ ਤਰ੍ਹਾਂ ਦੀ ਜਿਹੜਾ ਤੁਹਾਨੂੰ ਸੈਮੀਨਾਰ ਗਾਈਡਲਾਈਨ ਦਿੱਤੀ ਗਈ, ਇਸ ਤਰ੍ਹਾਂ ਦਾ ਕਿੱਦਾਂ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ? ਸਰ ਬਹੁਤ ਵਧੀਆ ਨੌਲੇਜ ਦਿੱਤੀ ਗਈ ਹੈ, ਸਾਨੂੰ ਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਇਹ ASI ਬਲਵੀਰ ਸਿੰਘ ਜੀ, ਇੰਚਾਰਜ ਸਬ ਡਿਵੀਜ਼ਨ ਸਾਂਝ ਸਿਟੀ ਮੋਗਾ। ਸਰ ਪੁਲਿਸ ਸਾਂਝ ਕੇਂਦਰ ਦੇ ਕੰਮਾਂ ਬਾਰੇ ਜਾਣਕਾਰੀ, ਪੁਲਿਸ ਆਫਿਸ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਨੂੰ। ਮਾਣਯੋਗ ਐਸਐਸਪੀ ਸਾਹਿਬ ਨੂੰ ਬੱਚੇ ਮਿਲੇ ਆ, ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਾਡਾ ਪੁਲਿਸ ਕੰਟਰੋਲ ਰੂਮ ਦੇ ਕੰਮ ਦਿਖਾਏ ਆ, ਔਰ CPRC ਸੈਂਟਰ ਬਾਰੇ ਜਾਣਕਾਰੀ ਦਿੱਤੀ ਹੈ ਵੀ ਤੁਸੀਂ ਜਦੋਂ ਪੜ੍ਹਾਈ ਕਰਨੀ ਹੈ, ਵਿੱਦਿਆ ਲੈਣੀ ਹੈ, ਇਸ ਤੋਂ ਇਲਾਵਾ ਤੁਸੀਂ ਵਿਦੇਸ਼ ਦੇ ਵਿੱਚ ਜਾਣਾ ਜਾਂ ਕੋਈ ਵੀ ਸਰਵਿਸ ਅਪਲਾਈ ਕਰਨੀ ਹੈ ਤਾਂ ਉਹਦਾ ਤਰੀਕਾ ਬਣਦਾ ਜੀ। ਅਸੀਂ ਪੁਲਿਸ ਸਾਂਝ ਕੇਂਦਰ ਦੇ ਕੰਮਾਂ ਬਾਰੇ ਡਿਟੇਲ ਨਾਲ ਦੱਸਿਆ ਹੈ, ਔਨਲਾਈਨ ਠੱਗੀਆਂ ਬਾਰੇ ਦੱਸਿਆ, ਸਾਈਬਰ ਕ੍ਰਾਈਮ ਬਾਰੇ ਦੱਸਿਆ ਵੀ ਕਿਵੇਂ ਇਸ ਤੋਂ ਬਚਣਾ ਹੈ, ਔਰ 1930 ਨੰਬਰ ਡਾਇਲ ਕਰਨਾ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਯੁਵਾ ਸਾਂਝ ਕੇਂਦਰ ਬਾਰੇ ਦੱਸਿਆ ਗਿਆ ਜੀ, ਸਟੂਡੈਂਟ ਪੁਲਿਸ ਕੈਡਟ ਬਾਰੇ ਦੱਸਿਆ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਅਵੇਅਰਨੈਸ ਦੇ ਕੇ ਨਸ਼ਿਆਂ ਤੋਂ ਬਚਾਇਆ ਜਾ ਸਕੇ ਸਰ, ਔਰ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।